ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਗੁਰੂ ਦੀ ਮਿਹਰ ਦਾ, ਪੀਪਲ ਟੂ ਪੀਪਲ ਕੰਟੈਕਟ ਦਾ, ਸਮਰਿੱਧੀ ਦਾ, ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲਾਂਘਾ ਲੈ ਕੇ ਆਇਆ। ਮੈਂ ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੋਕਡ ਦੇਖਦਾ। ਇਹਨੂੰ ਜਿੰਨਾ ਅਸੀਂ ਅਨਲੋਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰ। ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ, ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹੁੰਦਾ, ਕੰਧਾਂ ਹੋਣ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ, ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਉਹ ਸਾਡਾ ਮੇਲ ਜੋਲ ਰਵੇ, ਸਾਡਾ ਮੇਲ ਜੋਲ ਰਵੇ ਯਾਰੋ, ਵਧੇ ਵਣਜ ਵਪਾਰ, ਵਧੇ ਵਣਜ ਵਪਾਰ। ਇਹ ਸੁਨੇਹਾ ਬਾਬੇ ਦਾ, ਇਹ ਉਸ ਪਾਰਸ ਦਾ ਜਿਹਨੂੰ ਛੂੰਹਦਾ ਨਾ ਉਹਦੇ 'ਚ ਗੌਰਵ ਦਾ ਸੰਚਾਰ ਕਰ ਦਿੰਦਾ। ਸਿੱਧੂ ਦੀ ਕੀ ਔਕਾਤ ਹੈ? ਫੇਰ ਆਖ ਦਿੰਦਾ ਉਸ ਘਰ ਦਾ ਨੌਕਰ ਚਾਕਰ ਹੈ, ਕੂਕਰ ਹੈ, ਵਫਾਦਾਰੀ। ਠਹਿਰ ਜਾ, ਹੁਣ ਗੱਲ ਪੂਰੀ ਕਰ ਲੈਣੀ। ਮੈਂ ਗੱਲ ਸਮੁੰਦਰ ਦੀ ਕਰਦਾ, ਇਹਨੂੰ ਟੋਬੇ 'ਚ ਨਾ ਸਿੱਟੀ ਮਿੱਤਰ। ਫਿਰ ਇਹ ਦੋ ਮੁਲਕਾਂ ਦੀ ਗੱਲ ਨਹੀਂ, ਇਹ ਕੁੱਲ ਜਹਾਨ ਦੀ ਗੱਲ ਕਰਦਾ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ, ਇਹ ਗੱਲ ਤੇ ਕੁੱਲ ਜਹਾਨ ਦੀ। ਇਹ ਉਹ ਮੁਕੱਦਸ ਜਗ੍ਹਾ ਹੈ ਜਿਹਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖੀ, ਸ਼ਤਾਬਦੀਆਂ ਸ਼ਤਾਬਦੀਆਂ। ਕਿਉਂ? ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰਸ਼ੀਆ, ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚਾਲੂ ਸੀ। ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਬ ਬੁਖਾਰੇ, ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਨੂੰ, ਠੀਕ ਹੈ ਕਿ ਨਹੀਂ? ਉਹ ਜਿਹੜਾ ਸ਼ਬਦ ਜਿਹੜਾ ਸੁੱਖ ਛੱਜੂ ਦੇ ਚੁਬਾਰੇ ਨਾਲ ਬਲਕਨਾ ਬੁਖਾਰੇ ਉੱਥੋਂ ਹੀ ਪਿਆ, ਸਮਝ ਨਹੀਂ? ਇੱਥੋਂ ਜਾਂਦੇ ਖੜਾਕ ਦੇਣੇ ਸਲਾਮੀਆ ਕਾਲਜ, ਹਾਕੀ ਖੇਡ ਕੇ ਸ਼ਾਮ ਨੂੰ ਵਾਪਸ, ਸਮਝਿਆ? ਸਮਝੌਤਾ ਐਕਸਪ੍ਰੈਸ ਚੱਲਦੀ ਸੀ, ਛੂੰਕਦੀ ਜਾਂਦੀ ਹੁੰਦੀ, ਦਿਲਾਂ ਨੂੰ ਜੋੜਦੀ ਜਾਂਦੀ, ਜੋੜਨ ਵਾਲੇ ਨੂੰ ਮਾਣ, ਤੋੜਨ ਵਾਲੇ ਨੂੰ ਅਪਮਾਨ। ਕੋਈ ਸਿਕਿਉਰਿਟੀ ਦਾ ਮਾਮਲਾ ਭਾਈ, ਸ਼ਨਾਖਤ ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ, SSP ਸ਼ਨਾਖਤ ਕਰਦਾ, ਠੀਕ ਹੈ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸੁਨੇਹਾ, ਜੋੜਨ ਦਾ ਸੁਨੇਹਾ ਤੇ ਅਮਨ ਅਮਾਨ ਦਾ ਸੁਨੇਹਾ, ਪਿਆਰ ਮੁਹੱਬਤ ਦਾ ਸੁਨੇਹਾ, ਆਪਸੀ ਭਾਈਚਾਰੇ ਦਾ ਸੁਨੇਹਾ,
ਪੀਸ ਬਿਗੈਟਸ ਪ੍ਰੋਸਪੈਰਿਟੀ। ਜਿੱਥੇ ਅਮਨ ਮਾਨ ਹੋਊ ਉੱਥੇ ਬਿਜ਼ਨਸ ਹੋਊ, ਵਪਾਰ ਹੋਊ, ਉੱਥੇ ਛੋਟਾ ਵਪਾਰੀ ਪਨਪੂ, ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪਨਪੂ। ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ, ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ, ਖਾਣ ਪਾਣ ਇੱਕ ਹੈ, ਜ਼ਬਾਨਾਂ ਇੱਕ ਨੇ, ਖਾਣ ਪਾਣ ਇੱਕ ਹੈ, ਸਾਡੀਆਂ ਤਾਂ ਗਾਲਾਂ ਵੀ ਇੱਕ ਨੇ, ਟਾਓ ਟੱਪੇ ਇੱਕ ਨੇ, ਠੀਕ ਹੈ ਕਿ ਨਹੀਂ, ਭਾਵਾਂ ਬਾਜਵੇ ਹੋਣ, ਭਾਵਾਂ ਚੀਮੇ ਹੋਣ, ਜਾਤਾਂ ਗੋਤਰ ਇੱਕ ਨੇ, ਹੈ ਕਿ ਨਹੀਂ, ਕਲਚਰ ਇੱਕ ਹੈ। ਤੇ ਤੁਸੀਂ ਦੇਖੋ ਹੋਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ, ਪਲਕਾਂ ਤੇ ਵਿਛਾਉਂਦੇ ਆ। ਤੇ ਮਿੱਤਰ ਪਿਆਰੇ, ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ, $37 billion ਹੈ, $37 billion, $1 billion ਚ 100 crore ਆਉਂਦਾ ਹੈ, $37 billion ਹੈ। ਅਸੀਂ ਸਿਰਫ $2 billion ਤੱਕ ਪਹੁੰਚੇ, ਸਿਰਫ ਦੋ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਹੁੰਦਾ ਨਾ, ਤੇ ਅੱਜ 18 to 20 crore ਆਬਾਦੀ ਹੁੰਦੀ, 9 ਜ਼ਿਲ੍ਹੇ, ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ, ਦੋਹੇ ਪੰਜਾਬ, ਕਰਾਚੀ, ਸਭ ਕੁਛ ਵਿੱਚ, ਸਮਝਿਆ ਕਿ ਨਹੀਂ। ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ, ਇਸ ਨੂੰ ਇੱਕ ਫਾਂਸੀ ਨਹੀਂ। ਇਹ ਦੇਖੋ ਇਦੋਂ ਵੱਡਾ ਅਮਨ ਮਾਨ ਦਾ ਕੀ ਪੈਗਾਮ ਹੈ। ਹਰ ਧਰਮ ਦਾ ਸਨਮਾਨ, ਹਰ ਧਰਮ ਦਾ ਸਨਮਾਨ। ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜਾ ਰਣਜੀਤ ਸਿੰਘ 2.5 ਮਹੀਨੇ ਦੀ ਸੇਵਾ ਕਰਕੇ ਸੋਨਾ ਚੜਾ ਕੇ ਆਇਆ। ਉਹ ਵਕਤ ਯਾਦ ਆਉਂਦੇ ਆ। ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹ ਇਦੋਂ ਵੀ ਵੱਡੀ ਹੈ। ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ, ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨਾ ਆ, ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਆ, ਇਸ ਜਹਾਨ ਦੇ ਪੀਸ ਆਫ ਦਾ ਵਰਲਡ। ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ, ਔਰ ਕਈ ਵਾਰ ਛੋਟੀ ਜਿਹੀ ਚਿੰਗਿਆਰੀ ਜੰਗਲ ਜਲਾ ਕੇ ਰਾਖ, ਜੰਗਲ ਜਲਾ ਕੇ ਰਾਖ ਕਰ, ਚਿੰਗਿਆਰੀਆਂ ਵੱਧਦੀਆਂ ਵੱਧਦੀਆਂ ਮਸ਼ਾਲਾਂ ਬਣ ਜਾਂਦੀਆਂ, ਅੱਗ ਵੱਧਦੀ ਹੈ, ਫਿਰ ਲਪਟਾਂ 'ਚ ਲੈ ਲੈਂਦੀ ਹੈ। ਫਿਰ ਇਰਾਨ ਔਰ ਸਾਡੇ ਨੇਬਰ ਦੇ ਨਾਲ ਥੋੜ੍ਹੀ ਬਹੁਤੀ ਜੰਗ, ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ, ਮਜ਼ਲੂਮ ਔਰਤਾਂ, ਉਹਨਾਂ ਦੀ ਜਦੋਂ ਮੌਤ ਦੇਖਦਾ, ਛੋਟੇ ਛੋਟੇ ਬੱਚੇ, ਮੈਂ ਸੋਚਦਾ ਇਹ ਕੱਲ੍ਹ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਹੈ, ਆਪਾਂ ਇਹ ਜੰਗ ਕੋਈ ਹੱਲ ਹੈ, ਕੀ ਹੱਲ ਕੱਢ ਲਿਆ ਸੀ, ਦੱਸੋ। ਹੱਲ ਟੇਬਲ 'ਤੇ ਹੀ ਨਿਕਲਣਗੇ, ਹੱਲ ਪਿਆਰ ਮੁਹੱਬਤ ਨਾਲ, ਇੱਕ ਕਦਮ ਅੱਗੇ ਵੱਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ। ਇਸ ਕਰਕੇ ਮੈਂ ਚਾਹੁੰਦਾ, ਮੇਰੀ ਇਹ ਖਵਾਹਿਸ਼ ਹੈ, ਮੇਰੀ ਇਹ ਤਮੰਨਾ ਹੈ ਕਿ UNO, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਉਹ ਤਕੜੀ ਹੋਵੇ। ਉਹ ਸਾਰਿਆਂ ਤੋਂ ਵੱਡੀ ਸਰਕਾਰ, ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ, ਉੱਤੇ ਲੋਕ ਸਭਾ ਦੇ ਵਿੱਚ MPਾਂ ਦੀ, ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ UN ਹੈ, UN, ਯੂਨਾਈਟਿਡ ਨੇਸ਼ਨਸ। ਉਹਨੂੰ ਐਮਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵੀਨ ਕਰਨ ਦੀ ਫੋਰ ਵਰਲਡ ਪੀਸ। ਇਹੀ ਬਾਬੇ ਨਾਨਕ ਦਾ, ਜਗਤ ਗੁਰੂ ਬਾਬਾ ਨਾਨਕ, ਅਮਨ ਮਾਨ। ਕਿਉਂਕਿ ਅਮਨ ਮਾਨ ਜਿੱਥੇ ਹੋਏਗਾ, ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ। ਜਦੋਂ ਮੈਂ ਫਲਸਤੀਨ ਨੂੰ ਦੇਖਦਾ, ਜਦੋਂ ਮੈਂ ਬੰਬ ਦੇਖਦਾ, ਅੱਜ ਕੱਲ੍ਹ ਤਾਂ ਜੰਗਾਂ ਬਾਰਡਰਾਂ ਦੀਆਂ ਥੋੜ੍ਹਾ ਨਾ ਰਹਿ ਗਈਆਂ,
ਕਿੱਥੇ ਬੈਠੇ ਆ, ਬਟਨ ਦੱਬਿਆ, ਕਿੱਥੇ ਕੀ, ਕਿੱਧਰੋਂ ਗਈ, ਕਿੱਧਰ ਨੂੰ ਕੀ ਹੋ ਗਿਆ, ਹੈ ਨਾ। ਇਸ ਕਰਕੇ ਇਹ ਸਾਰੀਆਂ ਮੰਗਾਂ ਮੈਂ ਬਾਰੰਬਾਰ ਰੱਖੂੰ, ਹਰ ਥਾਂ ਰੱਖੂੰ। ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ, ਉਹਦੇ ਕਰਕੇ ਅਸੀਂ ਸਾਡੀ ਕਿਸਮਤ 'ਤੇ ਤਾਲੇ ਲਾ ਗਏ। ਇਹ ਤਾਲੇ ਖੋਲੋ, ਅਨਲੋਕ ਦਿਸ ਪੋਟੈਂਸ਼ੀਅਲ। ਜੇ ਕਰਾਚੀ ਬੰਬੇ ਖੁੱਲ੍ਹਾ ਅਤੇ ਅਟੈਕ ਤਾਂ ਉੱਧਰੋਂ ਵੀ ਹੋਏ ਨੇ ਨਾ ਬੰਬਈ, ਅਤੇ ਭਾਈ ਫਿਰ ਲਾਹੌਰ ਅਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ, 22,000 ਕਿਲੋਮੀਟਰ, 2,200 ਕਿਲੋਮੀਟਰ ਮੁੰਦਰਾ ਪੋਰਟ 'ਤੇ ਕਿਉਂ ਟਿਕੇ, ਮੁੰਦਰਾ ਪੋਰਟ 'ਤੇ ਕੀ ਖਾਸ ਗੱਲ ਆ ਬਈ, ਹੈ ਇਹ ਲਾਹੌਰ ਕਿਉਂ ਨਾ ਜਾਵੇ। ਮੈਂ ਗੱਲ ਵੱਡੀ ਕਰਦਾ, ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ, ਹੈ ਗੱਲ ਵੱਡੀ ਕਰੀਏ, ਛੋਟੀਆਂ ਗੱਲਾਂ ਕਰਕੇ ਕੀ ਲਵਾਂਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਸੱਥਾਂ ਚ ਬੈਠੇ ਉਹ ਲੋਕ ਜਿਹੜੇ ਬਾਬੇ ਨੂੰ ਧਿਆਉਂਦੇ ਆ, ਕਿਸੇ ਦੀ ਅੱਖ 'ਚ ਮੋਤੀਆ ਉਤਰਿਆ ਜੇ ਤੋਂ ਤੁਰਿਆ ਨਹੀਂ ਜਾਂਦਾ, ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾ ਦਿੰਦੇ, ਫੀਸ ਉਹ ਫ੍ਰੀ ਹੋ ਜਾਏਗੀ, ਮਤਲਬ ਫੀਸ ਅਤੇ ਭਾਈ ਫੀਸ ਜਿਹੜੇ  50-60 ਹਜ਼ਾਰ ਕਰੋੜ ਖਾਈ ਤੁਰੀ ਜਾਂਦੇ ਆ, ਉਹ 'ਚੋਂ 5 ਕਰੋੜ ਰੁਪਈਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ, ਜਿਹੜੀ ਸੱਚੀ ਗੱਲ ਹੈ ਅਤੇ ਅੱਛੀ ਗੱਲ ਮੈਂ ਕੀ ਕਹਿੰਦਾ, ਕੋਈ ਪਹਿਲ ਕਰੇ, ਏਦੋਂ ਵੱਡਾ ਕਿਹੜਾ ਕਾਜ ਹੈ। ਸਮ੍ਰਿਧੀ ਕਿੱਦਾਂ ਆਊਗੀ ਜਦੋਂ ਤੁਸੀਂ ਪਿਛੜੇ ਲੋਕ। ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ। ਮੈਂ ਹਜੇ ਬਾਰਡਰ ਖੋਲ ਦਿਓ ਜਾਂ ਫਿਰ ਮਾਰਕੀਟ ਦੱਸ ਦਿਓ। 5 ਸਾਲਾਂ 'ਚ ਮੈਂ ਆਖਰੀ ਗੱਲ ਕਰਦਾ, 5 ਸਾਲਾਂ ਦੇ ਵਿੱਚ, 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇ। 1992 'ਚ ਡੀਜ਼ਲ ਦੀ ਕੀਮਤ 5 ਰੁਪਏ, ਅੱਜ ਕਿੰਨੀ ਹੈ ਜੀ? 100 ਰੁਪਈਆ, ਮਤਲਬ ਕਿੰਨਾ ਵੱਧ ਗਿਆ? 20 ਗੁਣਾ ਵੱਧ ਗਿਆ, 20 ਗੁਣਾ। ਅਤੇ ਭਾਈ ਜੱਟ ਦੀ MSP ਕਿੰਨੀ ਵਧੀ ਹੈ? ਉਦੋਂ 300 ਸੀ ਅਤੇ ਹੁਣ 1700, 5 ਗੁਣਾ। ਇਹਦਾ ਮਤਲਬ ਉਹਦੀ ਕੋਸਟ ਆਫ ਪ੍ਰੋਡਕਸ਼ਨ 20 ਗੁਣਾ ਵੱਧ ਗਈ ਅਤੇ ਉਹਦੀ ਇਨਕਮ 15 ਗੁਣਾ ਘੱਟ ਗਈ। ਤੁਸੀਂ ਤਨਖਾਹਾਂ 1,000 ਗੁਣਾ ਪ੍ਰਾਈਵੇਟ ਸੈਕਟਰ 'ਚ ਵਧਾ ਦਿੱਤੀਆਂ ਅਤੇ ਉਹਦੀ ਜਿਹੜੀ MSP ਹੈ 40 ਰੁਪਈਏ ਵਧਾਉਂਦੇ ਹੋ ਅਤੇ ਪੈਸਟੀਸਾਈਡ ਅਤੇ ਮੈਨਿਓਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹੋ। ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾ ਤੀ। ਉਹ ਭਾਈ ਦੱਸੋ, ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਅਤੇ ਜਾਂ ਫਿਰ ਆਹ ਮਾਰਕੀਟ ਦੇ ਦਿਓ। ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ, ਸਿਲਕਨ ਰੂਟ ਦੇ ਉੱਤੇ ਪਾਓ, ਦੋ ਮੁਲਕਾਂ ਦੀ ਗੱਲ ਛੱਡੋ। 50-100 ਨੇਸ਼ਨ ਬੈਨੀਫਿਟ ਕਰਨਗੇ, ਖੜਾ ਹੋਜੂ ਮੁਲਕ। ਆ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼? ਇੱਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ, ਇੱਦਾਂ ਹੀ ਖੜਾ ਹੋਏ ਨੇ।
ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ, ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ? ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ, ਅੱਜ 6-7 ਮੁਲਕ ਐਸੇ ਨੇ, ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਛ ਨਹੀਂ ਪਤਾ। ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ, ਯੂਐਨ ਦੀ ਸਪੋਰਟ ਮੰਗੀ ਔਰ ਯੂਐਨ ਦੇ ਵਿੱਚ ਮੈਜੋਰਿਟੀ ਸਪੋਰਟ ਮੰਗੀ, ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ, ਮੈਜੋਰਿਟੀ ਸਪੋਰਟ ਹੋਵੇ। ਜਿਹੜੀ ਚੋਣ ਕਮੇਟੀ ਤੇ ਜਗ੍ਹਾ ਮਿਲੀ ਸਿੱਧੂ ਸਾਹਿਬ, ਸਮਰਥਨ ਕਰ ਦਿਓ। ਮੈਂ ਕਹਿੰਦਾ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਨੇ, ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ, ਰਾਤ ਸੁਧਾਰੇ ਭਈਆ, ਚੂੰ ਚੂੰ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪਿੱਤਰਾ, ਤੇ ਕਰੀਏ ਨਾ, ਬੱਚਾ ਰੋਵੇ ਨਾ ਮਾਂ ਦੁੱਧ ਪਿਓ। ਅਸੀਂ ਵੱਡੀ ਸਰਕਾਰ ਨੂੰ ਗੁਹਾਰ, ਯੂਐਨ ਸਮਝਦੇ ਹੋ, ਇੱਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ। ਗੱਲ ਵਿਚਾਰਾਂ ਦੀ ਹੈ ਯਾਰ, ਕੋਈ ਕਿਸੇ ਨੂੰ ਮਾੜਾ ਭਲਾ ਕਹੀ ਜਾਵੇ ਜੀ, ਉਹ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ। ਸਭ ਤੋਂ ਵੱਡਾ ਧਰਮ ਮਾਨਵਤਾ ਹੈ, ਮਾਨਵਤਾ। ਲੈ ਫਿਰ ਆਖਰੀ ਫਿਰ ਸੁਣਾ ਕੇ ਮੈਂ ਅੱਗੇ ਵਧਣਾ, ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ, ਬਿਲਕੁਲ ਫਿਰ ਤੁਸੀਂ ਦੁਬਾਰਾ ਸੁਣ ਲੈਣਾ। ਕਹਿੰਦੇ ਉਹ ਗੁਲ ਹੀ ਨਹੀਂ ਜਿਸਮੇ ਖੁਸ਼ਬੂ ਨਹੀਂ, ਗੁਲ ਹੁੰਦਾ ਫੁੱਲ, ਉਹ ਗੁਲ ਹੀ ਨਹੀਂ ਜਿਸਮੇ ਖੁਸ਼ਬੂ ਨਹੀਂ, ਉਹ ਦਿਲ ਹੀ ਨਹੀਂ ਜਿਸਮੇ ਉਲਫਤ ਨਹੀਂ, ਉਲਫਤ ਦਾ ਮਤਲਬ ਹੁੰਦਾ ਮੁਹੱਬਤ, ਉਹ ਦਿਲ ਹੀ ਨਹੀਂ ਜਿਸਮੇ ਉਲਫਤ ਨਹੀਂ, ਲੱਖ ਜੌਹਰ ਹੋਂ ਆਦਮੀ ਮੈਂ, ਇੱਕ ਇਨਸਾਨੀਅਤ ਨਹੀਂ ਤਾਂ ਕੁਛ ਵੀ ਨਹੀਂ। ਇਨਸਾਨ ਦੇ ਨਾਲ ਇਨਸਾਨ ਦਾ ਨਾਤਾ ਰੱਖੀ, ਇੱਕ ਦੂਸਰੇ ਦੀ ਖੈਰ ਮੰਗੀ। ਮੈਂ ਜਦੋਂ ਉੱਧਰ ਜਾਵਾਂਗਾ ਨਾ ਤੇ ਖੈਰ ਮੰਗਾਂਗਾ, ਖੈਰ ਮੰਗਾਂਗਾ, ਵਸਦੇ ਵਿਹੜਿਆਂ ਦੀ ਖੈਰ ਮੰਗਾਂਗਾ, ਦਿਨ ਰਾਤ ਦੀ ਖੈਰ ਮੰਗਾਂਗਾ, ਜ਼ਿੰਦਗੀ ਦੀ ਖੈਰ ਮੰਗਾਂ, ਜ਼ਿੰਦਗੀ ਦੀ ਖੈਰ, ਕਾਇਨਾਤ ਦੀ ਖੈਰ, ਵਸਦੇ ਵਿਹੜਿਆਂ ਦੀ ਖੈਰ, ਦਿਨ ਰਾਤ ਦੀ। ਜੈ ਹਿੰਦ।